Loud! Loud! Loud for the Lord! Loud for the Lord! Que sari de Aao! Up the Lord! Either we the fire! The either we the fire! Are you paying that for God? बल्ले 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 मनाने वाला दलवीर सदे बन के कबड्डी पावा हो चारा दे विचो कौन हुण कौन करू कमाल पर सामने मुंडा पुआबी आ आ बल्ले आ भंगड़े पुआबे शाहपुरिया ने बल्ले बल्ले डेढ़ तपी ना कोई जिन हर का नाम पछाता दुनिया तन पिटदी रब सबना दा दाता फकीर हसैन दे लाने दे दो महारथी नाल खड़ गया ते नाल सदीक शक्करपुरिया तैयार है अमराव दीपा एन अडारी भरन दे लई तैयार है अपने परमात्मा नू याद करदा होया ते कलसियां वाला इंद्रजीत रायकोट दे एरिए दा महारथी ओ भी मैदान दे विच है अमराव दीपे दी पैंदी होई कबड्डी एक पासे फरियाद है ਚੌਹਾਨ ਸਰ ਆ ਕਾਰੀ ਤੇ ਪੱਤਰ ਕਲਾ ਨੂੰ ਵੀ ਨਾਲ ਹੀ ਕਾਲ ਕਰ ਦਿਓ ਜੀ ਕਾਰੀ ਤੇ ਪੱਤਰ ਕਲਾ ਆਇਆ ਇੰਦਰਜੀਤ ਕਲਸੀਆਂ ਵਾਲਾ ਪੁਆਇੰਟ ਰੇਡਰ ਦੇ ਖਾਤੇ ਚ ਸ਼ਿੰਦੇ ਬੋਪਾ ਰਾਏ ਵਾਲੇ ਨੇ ਪਹਿਲਾਂ ਵੀ ਅੱਤ ਕੀਤੀ ਹੈ ਇਹ ਮਾਲਵੇ ਦੀ ਧਰਤੀ ਦਾ ਬੱਬਰ ਸ਼ੇਰ ਆ ਜਿੱਥੇ ਬਾਜਾ ਵਾਲੇ ਪਾਤਸ਼ਾਹ ਨੇ ਤਖਦਾਈ ਘੜੀਆਂ ਕੱਟੀਆਂ ਕੇ ਚੰਨ ਮਾਤਾ ਗੁਜਰੀ ਦਾ ਬੈਠਾ ਕੰਡਿਆਂ ਦੀ ਸੇਜ ਸਜਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਜਾਫੀਆਂ ਦੇ ਵਿੱਚ ਇਹ ਆ ਪੱਕੜ ਸ਼ਾਹਪੁਰ ਦੀ ਧਰਤੀ ਦਾ ਸ਼ਿੰਦਾ ਪੁਆਇੰਟ ਲੈ ਗਿਆ ਕਰੀ ਵੇ ਅਲੀ ਪੱਤਣ ਅਗਲੀ ਗੱਲ ਲਓ ਬਲੇਰ ਖਾਨਪੁਰੀਆ ਹਰਪ੍ਰੀਤ ਹੈਪੀ ਇਸ ਸਮੇਂ ਤਿਆਰ ਬਰ ਤਿਆਰ ਹੈ ਸ਼ਾਹਪੁਰ ਦੀ ਟੀਮ ਦੇ ਵੱਲੋਂ ਰੇਤ ਪਾਉਣ ਦੇ ਲਈ ਤੇ ਚਾਰ ਖਿਡਾਰੀਆਂ ਦੇ ਵਿੱਚੋਂ ਇੱਕ ਪਾਸੇ ਕਬੱਡੀ ਦਾ ਸਪਾਈਡਰਮੈਨ ਹੈ ਇੰਦਰਜੀਤ ਕਲਸੀਆਂ ਵਾਲਾ ਔਰ ਇੱਕ ਪਾਸੇ ਜਿਸਮਾਨੀ ਚੁੰਬਕ ਹੈ ਸ਼ਕਰਪੁਰੀਆ ਫਰਿਆਦ ਆ ਦੇਖਾਂਗੇ ਇਧਰਲੇ ਪਾਸੇ ਪੈਂਦੀ ਹੋਈ ਰੇਡ ਤੇ ਹਲਕਾ ਜਿਹਾ ਟੱਚ ਮਲੂਕ ਦੇ ਨਾਲ ਕਰਕੇ ਬਲੇਰ ਖਾਨਪੁਰੀਆ ਹੈਪੀ ਆਪਣੀ ਟੀਮ ਦੇ ਸੇ ਅਕੜਾ ਵਾਧਾ ਕਰ ਗਏ ਦਲਵੀਰ ਮਨਾਣੇ ਵਾਲਾ ਕਬੱਡੀ ਪਾਉਣ ਦੇ ਲਈ ਆ ਗਿਆ ਹੈ ਚੌਹਾਨ ਸਾਹਿਬ ਜੀ ਛੇੜੋ ਕਹਾਣੀ ਇਹ ਆ ਦਲਵੀਰ ਮਨਾਣੇ ਵਾਲਾ ਚੰਡੀਗੜ੍ਹ ਦੇ ਏਰੀਏ ਦਾ ਖਿਡਾਰੀ ਜਿਸ ਧਰਤੀ ਦੇ ਉੱਤੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਉਹਨੂੰ ਪੁਆਧ ਦਾ ਏਰੀਆ ਕਹਿੰਦੇ ਹੈ ਇੱਕ ਮਾਲਵਾ ਇੱਕ ਮਾਝਾ ਦੁਆਬਾ ਤਿੰਨਾਂ ਨੂੰ ਤੇ ਸਾਰੇ ਜਾਣਦੇ ਆ ਪੁਆਧ ਨੂੰ ਕੋਈ ਕੋਈ ਜਾਣਦਾ ਚੰਡੀਗੜ੍ਹ ਮੋਹਾਲੀ ਫਤਿਹਗੜ੍ਹ ਤੇ ਅੱਧਾ ਪਟਿਆਲਾ ਪੁਆਧ ਦੇ ਵਿੱਚ ਪੈਂਦੇ ਹੈ ਇਹ ਪੁਆਧੀ ਆ ਨੌਜਵਾਨ ਇਹ ਦਲਵੀਰ ਆ ਮਨਾਣੇ ਵਾਲਾ ਤੇ ਸਾਹਮਣੇ ਬੱਬੂ ਸ਼ਾਹਪੁਰੀਆ ਸਾਬਤ ਸੂਰਤ ਨੌਜਵਾਨ ਹੈ ਕਿ ਤਿਲਕ ਜੰਝੂ ਲਈ ਜਿਹਨਾਂ ਗੁਰੂ ਨੌਵਾਂ ਚਾਂਦਨੀ ਚੌਂਕ ਦੇ ਵਿੱਚ ਕੁਰਬਾਨ ਹੁੰਦਾ ਬਲੀ ਦੇ ਕੇ ਚਾਰੇ ਪੁੱਤਰਾਂ ਦੀ ਜੇਕਰ ਖੁਸ਼ ਨਾ ਸੋਢੀ ਸੁਲਤਾਨ ਹੁੰਦਾ ਅੱਜ ਵੀ ਦਿੱਲੀ ਦੇ ਤਖ਼ਤ ਉੱਤੇ ਰਾਜ ਕਰਦਾ ਕੋਈ ਮੁਹੰਮਦ ਜਾਂ ਖਾਨ ਹੁੰਦਾ ਸਦੀਕ ਨਹੀਂ ਜੱਫਾ ਲਾ ਗਿਆ ਤੇ ਪੁਆਇੰਟ ਰੇਡਰ ਦੇ ਖਾਤੇ 'ਚ ਕਰੀ ਵੇ ਅਲੀ ਅਗਲੀ ਗੱਲ ਲਓ ਸ਼ਿੰਦਾ ਦੇ ਪਾਰਾ ਅਗਲੀ ਕਬੱਡੀ ਪਾਉਣ ਦੇ ਲਈ ਆ ਗਏ ਹੈ ਸ਼ਿੰਦਾ ਬਣ ਕੇ ਕਬੱਡੀ ਪਾ ਰਿਹਾ ਕਿ ਨਮਾ ਲੈ ਲਿਆ ਟਰੱਕ ਸ਼ਿੰਦੇ ਯਾਰ ਨੇ ਆ ਬਾਬਿਆਂ ਦੇ ਚੱਲ ਚੱਲੀਏ ਆ ਪੈਂਦੀ ਹੋਈ ਸ਼ਿੰਦੇ ਦੀ ਰੇਡ ਤੇ ਸਾਹਮਣੇ ਹੱਥ ਲਾ ਕੇ ਵਾਪਸ ਸ਼ਕਰਪੁਰ ਦੀ ਟੀਮ ਦੇ ਲਈ ਇੱਕ ਦਾ ਵਾਅਦਾ ਕਰ ਗਿਆ ਹੈ ਆਵਰੇ ਦੀ ਰੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਤੇ ਗੱਲ ਚੌਹਾਨ ਸਾਹਿਬ ਦੀ ਕਰ ਰਹੇ ਹਾਂ ਦੀਪਾ ਸ਼ਾਹਪੁਰ ਦੇ ਏਰੀਏ ਦਾ ਖਿਡਾਰੀ ਫਰਿਆਦ ਅਲੀ ਇਹ ਜਸਮਾਨੀ ਚੁੰਬਕ ਨਹੀਂ ਕੱਲੇ ਇਹਨੂੰ ਬੰਦੇ ਦੀ ਚਿੰਬੜਦੇ ਇਹਨੂੰ ਮੋਟਰਸਾਈਕਲ ਵੀ ਚਿੰਬੜਦੇ ਆ ਇਹਨੂੰ ਮੱਝਾਂ ਵੀ ਚਿੰਬੜਦੀਆਂ ਇਹਨੂੰ ਸੋਨਾ ਵੀ ਚਿੰਬੜਦਾ ਇਧਰ ਸਦੀਕ ਨੇ ਜੱਫਾ ਭਰਿਆ ਤੇ ਸਾਹਮਣੇ ਨੌਜਵਾਨ ਰੇਡ ਪਾਉਣ ਦੇ ਲਈ ਦਲਵੀਰ ਹੈ ਮਨਾਣੇ ਵਾਲਾ ਕਿ ਦੁਨੀਆ ਉੱਤੇ ਨਾ ਇਹ ਰੇਡਰ ਜਰਬਾਣੇ ਦਾ ਬੇਰ ਬੇਰ ਕੇ ਕਬੱਡੀ ਪਾਉਂਦਾ ਦਲਵੀਰ ਮਨਾਣੇ ਦਾ ਤੜਕੇ ਉੱਠਦਾ ਹੋਣਾ ਤੜਕੇ ਉੱਠਣਾ ਪੈਂਦਾ ਜਦੋਂ ਗੁਰੂ ਘਰਾਂ ਦੇ ਵਿੱਚ ਭਾਈ ਰੱਬ ਦੀ ਗੱਲ ਕਰਦੇ ਐ ਮੰਦਰਾਂ ਵਿੱਚ ਪੰਡਿਤ ਰੱਬ ਦੀ ਗੱਲ ਕਰਦੇ ਐ ਮਸੀਤਾਂ ਵਿੱਚ ਮਲਾਣੇ ਪਹਿਲੇ ਪੈਰ ਦੀ ਨਵਾਜ਼ ਪੜਦੇ ਐ ਤੇ ਉਧਰ ਇੰਦਰਜੀਤ ਨੇ ਜੱਫਾ ਲਾਇਆ ਨੌਜਵਾਨ ਦੇ ਸੱਟ ਲੱਗੀ ਐ ਗੁਰੂ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਕਿਸੇ ਵੀ ਮਾਂ ਦੇ ਪੁੱਤ ਨੂੰ ਤੱਤੀ ਵਾ ਨਾ ਲੱਗੇ ਕਿ ਪੁੱਤ ਹੱਟਾਂ ਤੇ ਨਹੀਂ ਵਿਕਦੇ ਕਿਉਂ ਲੱਭਦੀ ਫਿਰੇ ਬਾਜ਼ਾਰ ਕੋਲੇ ਇਹ ਦਿਨ ਹੈ ਮੇਰੇ ਦਾਦੇ ਦੀ ਜਿਹਨੂੰ ਕਹਿੰਦੇ ਨੇ ਕਰਤਾਰ ਕੁੜੇ ਕਰੀਵੇ ਅਲੀ ਪੱਤਣ ਅਗਲੀ ਗੱਲ
ਕਿਸੇ ਵੀ ਖਿਡਾਰੀ ਦੇ ਤੱਤੇ ਹੀ ਵਾਹ ਨਾ ਲੱਗੇ ਕਿ ਆਵੇ ਕੋਈ ਐਸਾ ਵਲੀ ਪੈਗੰਬਰ ਰੋਕੇ ਲੱਗਦੀਆਂ ਸੱਟਾਂ ਨੂੰ। ਆਓ ਦੇਖਾਂਗੇ ਰੇਡ ਬਰੇਕ ਖਾਨਪੁਰੀਆ ਹੈਪੀ ਇਸ ਸਮੇਂ ਭਾ ਰਿਹਾ ਹੈ ਚਾਰਾਂ ਦੇ ਵਿੱਚੋਂ ਫਰਿਆਦ ਇੰਦਰਜੀਤ ਮਲੂਕ ਤੇ ਸਦੀਕ ਪਰ ਨੰਬਰ ਹੈਪੀ ਨੇ ਆਪਣੀ ਟੀਮ ਦੇ ਸਿਆਕ ਦਾ ਵਾਅਦਾ ਕਰ ਲਿਆ ਛੰਨਾ ਫੇਰ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧ ਚੁੱਕੇ ਹੈ। ਕਾਰੀ ਤੇ ਪੱਤਣ ਕਲਾਂ ਦੋਵੇਂ ਟੀਮਾਂ ਪਲੀਜ਼ ਜਲਦੀ ਨਾਲ ਮੈਦਾਨ ਦੇ ਵਿੱਚ ਆ ਜਾਓ। ਕਾਰੀ ਤੇ ਪੱਤਣ ਕਲਾਂ ਨੈਕਸਟ ਮੈਚ ਜੋ ਖੇਡਿਆ ਜਾਵੇਗਾ ਕਾਰੀ ਵਰਸਸ ਪੱਤਣ ਕਲਾਂ ਦੋਵੇਂ ਟੀਮਾਂ ਪਲੀਜ਼ ਜਲਦੀ ਨਾਲ ਮੈਦਾਨ ਦੇ ਵਿੱਚ ਆ ਜਾਣ। ਆਓ ਦੇਖਾਂਗੇ ਇੱਧਰ ਦੇ ਪਾਸੇ ਬੱਬੂ ਦੀ ਰੇਡ ਫੇਰ ਮੈਦਾਨ ਦੇ ਵਿੱਚ ਪੈਂਦੀ ਹੋਈ ਕਿ ਗਿਆ ਵੱਤਰਾ ਵਾਪਸ ਆਉਂਦਾ ਹੀ ਨਾ ਛੁੱਟਿਆ ਕਮਾਨੋ ਤੀਰ ਵੀ ਆ ਕਿ ਮੁਰਸ਼ਦ ਬਾਜ ਨਹੀਂ ਦੱਸਦਾ ਰਾਹ ਕੋਈ ਤੇ ਦੁੱਧਾ ਬਾਜ ਨਹੀਂ ਰਿਜਦੀ ਖੀਰ ਮੀਆਂ ਰਿਜਦੀ ਹੀਰ ਖੀਰ ਮੀਆਂ ਵਾਰਿਸ ਸ਼ਾਹ ਨੇ ਗੱਲਾਂ ਕੀਤੀਆਂ ਕਿ ਵਾਰਿਸ ਸ਼ਾਹ ਲਕੋਏ ਕੇ ਜੱਗ ਪਾਸੋਂ ਭਾਵੇਂ ਆਪਣਾ ਹੀ ਗੁੜ ਕਿਉਂ ਨਾ ਖਾਏ ਲਈਏ। ਇੱਧਰ ਆ ਨੌਜਵਾਨ ਛਿੰਦਾ ਰੇਡ ਪਾਉਂਦਾ ਉੱਧਰ ਨੌਜਵਾਨ ਜੱਫਾ ਲਾਉਣ ਦੇ ਲਈ ਇੰਦਰਜੀਤ ਮਹਾਨ ਜਾਫੀ ਹੈ ਪਰ ਭਿੰਦੇ ਨੇ ਜੱਫਾ ਲਾਇਆ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ। ਅਮਰਾਓ ਦੀਪਾ ਸ਼ਾਹਪੁਰ ਅਗਲੀ ਰੇਡ ਪਾਉਂਦਾ ਹੈ ਵਧਿਆ ਅੱਗੇ ਨੂੰ। ਅੱਜ ਕਬੱਡੀ ਜਿੰਦਾਬਾਦ ਹੈ ਸਾਰੀ ਦੀ ਧਰਤੀ ਤੇ ਬਲਵੀਰ ਭੀਦੇ ਦੀਆਂ ਯਾਦਾਂ ਨੌਜਵਾਨ ਸੀਨੇ ਦੇ ਵਿੱਚ ਵਸੋਈ ਬੈਠੇ ਨੇ ਕਿ ਹਰਿਦੁਆਰ ਨੂੰ ਗਿਆ ਸੀ ਉਹ ਮੁੜ ਕੇ ਆਇਆ ਨਹੀਂ। ਬਲਵੀਰ ਭੀਰਾ ਦਿਲਾਂ ਚੋਂ ਲੋਕਾਂ ਨੇ ਭੁਲਾਇਆ ਨਹੀਂ ਕਹਿੰਦੇ ਉਹਦੇ ਚੇਲੇ ਉਹਨੂੰ ਕਰਦੇ ਨੇ ਯਾਦ। ਘੁੱਕੇ ਵਰਗਿਆਂ ਨੇ ਆਪਣੇ ਦਿਲ ਤੇ ਲਿਖਿਆ ਏ ਭੀਰਾ ਉਸਤਾਦ ਕਰੀ ਬਈ ਅਲੀ ਪੱਤਣ। ਅਗਲੀ ਗੱਲ ਨੌਜਵਾਨਾਂ ਕਰੀ ਬਈ ਹਾਂਜੀ ਮਹਾਂਪੁਰਸ਼ਾਂ ਦੇ ਵੱਲੋਂ ਪੱਕੜ ਦੇ ਲਈ ਵੱਡੇ ਮਾਨ ਸਨਮਾਨ ਆਏ 200 ਦੇ ਬਾਈ ਲਿਆ ਪੈਸੇ ਹਰੇ ਸਾਹਿਬ ਫੜ ਲਿਓ। ਹੈਲੋ ਹਾਂਜੀ ਆ ਖੁਸ਼ ਬਈ ਖੁਸ਼ ਜਿੱਥੇ ਵੀ ਹੋਵੇ ਜਲਦੀ ਤੋਂ ਜਲਦੀ ਸਟੇਜ ਤੇ ਪਹੁੰਚੇ ਖੁਸ਼ ਠੀਕ ਹੈ ਜੀ ਅਲੀ ਸਾਹਿਬ ਮਿਹਰਬਾਨੀ ਜੀ ਖੁਸ਼ ਜਿੱਥੇ ਵੀ ਸਾਡਾ ਵੀਰ ਹੋਵੇ ਪਲੀਜ਼ ਸਟੇਜ ਤੇ ਜਾ ਕੇ ਜ਼ਰੂਰ ਇੱਕ ਵਾਰੀ ਸੰਪਰਕ ਕਰ ਲਊਗਾ। ਆ ਰੇਡ ਬਲੇਰੇ ਮਾਰੇ ਹੈਪੀ ਦੀ ਮੈਦਾਨ ਦੇ ਵਿੱਚ ਪੈ ਰਹੀ ਹੈ ਚਾਰਾਂ ਦੇ ਵਿੱਚੋਂ ਫਰਿਆਦ ਤੱਕ ਪਾਉ ਕੇ ਨਹੀਂ ਬੱਲੇ ਜਿਹਨੂੰ ਪਾਇਆ ਹੱਥ ਚੱਕਾ ਨਹੀਂ ਉਹ ਜਾਣ ਬਈ ਸਾਨੂੰ ਆਪਣੀ ਅਮਾਨਤ ਮਾਣ ਬਈ ਕਿ ਜਿਹੜੇ ਮੋਢਿਆਂ ਤੋਂ ਨਹੀਂ ਸੀਗੇ ਥੁੱਕਦੇ ਉਹ ਮੁੱਠੀਆਂ ਚ ਨੀਚੇ ਹੋਏ ਹੈ ਕਿ ਸਿਰ ਕੱਢਵੇ ਰਿਕਾਰਡ ਪੈਦਾ ਕੀਤੇ ਹੋਏ ਹੈ। ਛਿੰਦਾ ਛਿੰਦਾ ਆ ਛਿੰਦਾ ਕਿ ਤਾਕਤ ਤੋਂ ਬਿਨ ਬੰਦੇ ਕਰੀ ਬਲਵਾਨ ਬਣਦੇ ਨਹੀਂ ਬਿਨ ਦੁੱਧ ਦੁੱਧ ਬੋਤਲ ਦਾ ਚੁੰਕੇ ਪੁੱਤ ਪਲਵਾਨ। ਬੱਲੇ 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 ਇਹ ਸ਼ਾਹਪੁਰੀਏ ਨੇ ਇਹ ਵੱਡੇ ਵੱਡੇ ਉਲਟ ਫੇਰ ਕਰ ਸਕਦੇ। ਹਾਂਜੀ ਬਾਈ ਜੀ ਹਾਂਜੀ ਘੁੱਕਾ ਇਡਲੀ 500 ਦੇ ਵੱਡੇ ਮਾਨ ਸਨਮਾਨ ਤੇ 200 ਰੁਪਈਆ ਸਾਡੇ ਬਾਈ ਪੰਮਾ ਜੀ ਵੱਡੇ ਮਾਨ ਸਨਮਾਨ ਭੇਜਦੇ ਮਹਾਂਪੁਰਸ਼ਾਂ ਦੇ ਵੱਡੇ ਆਸ਼ੀਰਵਾਦ ਹੈ ਮਹਾਂਪੁਰਸ਼ਾਂ ਦੇ ਵੱਲੋਂ ਸ਼ਕਰਪੁਰੀਏ ਫਰਿਆਦ ਦੇ ਲਈ 200 ਦੇ ਵੱਡੇ ਆਸ਼ੀਰਵਾਦ ਆਏ ਹੈ ਧੰਨਵਾਦ ਹੈ ਬਾਈ ਘੁੱਕੇ ਇਡਲੀ ਹੁਣਾਂ ਦਾ ਜਿਹਨਾਂ ਦੇ ਵੱਲੋਂ ਵੱਡੇ ਮਾਨ ਸਨਮਾਨ ਕਬੱਡੀ ਦੇ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਹੈ। ਦਲਵੀਰ ਮਨਾਣੇ ਵਾਲਾ ਦਲਵੀਰ ਇਸ ਸਮੇਂ ਬਣ ਕੇ ਕਬੱਡੀ ਪਾਉਂਦਾ ਹੋਇਆ ਚਾਰਾਂ ਦੇ ਵਿੱਚੋਂ ਕੌਣ ਹੁਣ ਕੌਣ ਕਰੂ ਕਮਾਲ ਪਰ ਸਾਹਮਣੇ ਮੁੰਡਾ ਪੁਆਧੀ ਭੰਗੜੇ ਪੁਆਤੇ ਸ਼ਾਹਪੁਰੀਏ ਨੇ ਬੱਲੇ 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 500 ਰੁਪਈਆ ਸਾਡੇ ਬਾਈ ਪੰਮਾ ਕਨੇਡਾ ਜੀ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਲਓ 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 ਫਰਿਆਦ ਲਓ ਫਰਿਆਦ ਇਹ ਫਰਿਆਦ ਨਹੀਂ ਮਹਾਂਪੁਰਸ਼ਾਂ ਦੇ ਵੱਲੋਂ 200 ਦਾ ਸਨਮਾਨ ਫਰਿਆਦ ਦੇ ਲਈ ਤੇ 500 ਰੁਪਈਆ ਸਾਡੇ ਪੰਮਾ ਕਨੇਡਾ ਜੀ ਉਹਨਾਂ ਦੇ ਵੱਲੋਂ ਜਿਹੜੇ ਵੱਡੇ ਮਾਨ ਸਨਮਾਨ ਫਰਿਆਦ ਦੇ ਲਈ ਆ ਰਹੇ ਲੈ ਵੀ ਸ਼ਕਰਪੁਰੀਆ ਸਾਮ ਪੈਸੇ ਆ ਛਿੰਦੇ ਦੀ ਰੇਡ ਤੇ ਬੋਲ ਚੌਹਾਨ ਸਾਹਿਬ ਦੇ ਹੋਏ ਛਿੰਦਾ ਬੋਪਾ ਰਾਏ ਦੀ ਧਰਤੀ ਦਾ ਸਿਰਾ ਹੋ ਗਿਆ ਨੌਜਵਾਨੋ ਸਿਰਾ ਹੋ ਗਿਆ। ਖਿਡਾਰੀਆਂ ਨੇ ਜਿੱਤਣਾ ਵੀ ਹੈ ਖਿਡਾਰੀਆਂ ਨੇ ਹਾਰਨਾ ਵੀ ਹੈ ਪਰ ਖੇਡ ਭਾਵਨਾ ਨਾਲ ਕਬੱਡੀ ਜਿਹੜੀ ਹੈ
ਉਹ ਖੇਡੀ ਜਾ ਰਹੀ ਹੈ ਹੈਪੀ ਬਲੇਰ ਖਾਨਪੁਰ ਮੀਰੀ ਪੀਰੀ ਦੇ ਮਾਲਕ ਲਾਓ 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 ਫਰਿਆਦ ਮਹਾਂਪੁਰਸ਼ਾਂ ਦੇ ਵੱਲੋਂ 200 ਦੇ ਸਨਮਾਨ ਫਰਿਆਦ ਦੇ ਲਈ ਵੱਡੇ ਮਾਨ ਸਨਮਾਨ ਆਏ ਦਲਵੀਰ ਮਨਾਣੇ ਵਾਲਾ ਦਲਵੀਰ ਲੋਕ ਅੱਗ ਬਾਲ ਕੇ ਨਾਲੇ ਅੱਗ ਦਾ ਸਵਾਦ ਲੈ ਰਹੇ ਆ ਨਾਲੇ ਖੇਡ ਕਬੱਡੀ ਦਾ ਸਵਾਦ ਮੈਚ ਸ਼ਾਹਪੁਰ ਤੇ ਸ਼ਕਰਪੁਰ ਦਾ ਐਨ ਚੋਟੀ ਦਾ ਖੇਡਿਆ ਜਾ ਰਿਹਾ ਸਾਹਮਣੇ ਦਲਵੀਰ ਦੀ ਰੇਡ ਤੇ ਪੁਆਇੰਟ ਸ਼ਕਰਪੁਰ ਦੀ ਟੀਮ ਦੇ ਸੇਜਾ ਜੁੜੇ ਆ ਆਹ ਮੁੰਡੇ ਮਾਰਦੇ ਆ ਲਲਕਾਰੇ ਐਨ ਸਵਾਦ ਵਧੇ ਆ ਪਿਆ ਕਬੱਡੀ ਦਾ ਬੱਬੂ ਦੀ ਰੇਡ ਪੈ ਰਹੀ ਹੈ ਜਹਾਨ ਸਾਹਿਬ ਜੀ ਚੱਕੇ ਮਾਈਕ ਤੇ ਕਰੋ ਗੱਲ ਆਹ ਦੇਖਾਂਗੇ ਬੱਬੂ ਰੇਡ ਪਾ ਰਿਹਾ ਦੇ ਸਾਹਮਣੇ ਇੰਦਰਜੀਤ 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 ਕਬੱਡੀ ਦਾ ਸਪਾਈਡਰਮੈਨ ਇਸ ਸਮੇਂ ਜਫਾ ਲਾ ਗਿਆ ਪਰ ਮੈਨੂੰ ਲੱਗਦਾ ਮਲਸੀਆਂ ਵਾਲੇ ਨੇ ਕੋਈ ਨਾ ਕੋਈ ਪੰਗਾ ਪਾਉਣਾ ਹੀ ਹੈ ਨੌਜਵਾਨੋ ਪਿਆਰ ਦੇ ਨਾਲ ਖੇਡਿਆ ਕਰੋ ਜਿਸ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲਓ ਨਿਬੜ ਜਾਂਦੇ ਨੇ ਪੰਜਾਬੀ ਦਾ ਸ਼ਾਇਰ ਕਹਿੰਦਾ ਅਮਰੀਕ ਜੀ ਗਾਮਾ ਦੁਨੀਆਂ ਦਾ ਰੁਸਤਮ ਹੋਇਆ ਉਹਨੂੰ ਕਦੀ ਜ਼ਿੰਦਗੀ 'ਚ ਗੁੱਸਾ ਨਹੀਂ ਸੀ ਆਇਆ ਕਿਸੇ ਸ਼ਾਇਰ ਨੇ ਲਿਖਿਆ ਕਿ ਖਿਡਾਰੀ ਜਿੱਤਦੇ ਸਦਾ ਖਿਡਾਰੀਆਂ ਨੂੰ ਰਹਿੰਦਾ ਦਿਲਾਂ ਦੇ ਉੱਤੇ ਪਿਆਰ ਜੇਤੂ ਨਿਮਰਤਾ ਰੱਖਦਾ ਏ ਹੁੰਦਾ ਏ ਵਾਰ ਵਾਰ ਜੇਤੂ ਹੱਦੋਂ ਵੱਧ ਭਲਵਾਨ ਵਿੱਚ ਨਿਮਰਤਾ ਸੀ ਗਾਮਾ ਐਵੇਂ ਨਹੀਂ ਹੋਇਆ ਸੰਸਾਰ ਜੇਤੂ ਗਾਮਾ ਐਵੇਂ ਨਹੀਂ ਹੋਇਆ ਸੰਸਾਰ ਜੇਤੂ ਗੁਰੂ ਮਹਾਰਾਜ ਵੀ ਕਹਿੰਦੇ ਆ ਕਿ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ ਨਾਨਕ ਨੀਵਾਂ ਜੋ ਚੱਲੇ ਓਵਰ ਟੂ ਅਲੀ ਪੱਤਰ ਪੱਤੜ ਕਲਾ ਜਲਦੀ ਦੇ ਨਾਲ ਟੀਮ ਖੇਡ ਗਰਾਊਂਡ ਦੇ ਵਿੱਚ ਆਵੇ ਵੱਡੇ ਬਾਈ ਅਮਨ ਪੱਤੜ ਨੂੰ ਬੇਨਤੀ ਹੈ ਵੀ ਪਲੀਜ਼ ਆਪਣੇ ਪਲੇਅਰਾਂ ਨੂੰ ਲੈ ਕੇ ਜ਼ਰੂਰ ਖੇਡ ਗਰਾਊਂਡ ਦੇ ਵਿੱਚ ਆਵੇਗਾ ਜਿੰਦਰ ਹੋਣੀ ਪਹੁੰਚ ਚੁੱਕੇ ਆ ਬਾਈ ਜੀ ਰੇਡ ਪਾਓ ਜੀ ਰੇਡ ਸ਼ਾਹਪੁਰੀਓ ਹਾਂਜੀ ਹੈਲੋ ਹੈਲੋ ਆ ਭਾਜੀ ਸਕਿਉਰਟੀ ਦਿਓ ਭਾਜੀ ਹੈਲੋ ਛਿੰਦੇ ਬੋਪਾ ਰਾਏ ਦੀ ਕਬੱਡੀ ਪੈ ਚੁੱਕੀ ਆ ਸ਼ਾਹਪੁਰੀਓ ਕੱਲ ਜੱਥਿਆਂ ਦੇ ਮੁਕਣੀਆਂ ਉਧਰ ਅੱਗਾਂ ਵੀ ਬਲ ਚੁੱਕੀਆਂ ਦੇਖ ਲਓ ਕਿਹੋ ਜਿਹਾ ਸੀਨ ਆ 365 ਵਾਲਿਆ ਧੂਣੀ ਤੇ ਮਾਰਦੇ ਕੈਮਰਾ ਦੇਸ਼ਾਂ ਵਿਦੇਸ਼ਾਂ ਵਾਲੇ ਵੀ ਦੇਖਣ ਕਿ ਸਾਰੀ ਦੇ ਇੱਧਰ ਵੀ ਜਫਾ ਤੇ ਇੱਧਰ ਵੀ ਜਫਾ ਨਾਲੇ ਪੈਂਦਾ ਭੰਗੜਾ 500 ਰੁਪਈਆ ਧੋਕਾ ਅਗਲੀ ਲਓ ਪੈਣੀ ਹੋ ਰੋਡ ਤੇ ਸਾਹਮਣੇ ਫਰਿਆਦ ਫਰਿਆਦ ਅਲੀ ਨੰਬਰ ਸਮਾਪਤੀ ਰਹਿ ਜੀ ਕੌਣ ਜਿੱਤਿਆ ਜੀ ਜਿੱਤਾਰਾਂ ਦੇ ਫੈਸਲੇ ਕੀ ਨੇ ਬਾਈ ਆ ਦੱਸੀ ਫਿਰ ਵੀਰਿਆ ਕੌਣ ਫੈਸਲੇ ਜਿੱਤਾ ਹਰਾਂ ਨੇ ਬਾਈ ਜੀ ਜਿੱਤਾਰਾਂ ਦੇ ਫੈਸਲੇ ਜਿੰਦਰੀ ਖੁਸ਼ ਹੈ ਆ ਸ਼ਾਹਪੁਰ ਜਿੰਦਰੀ ਮਨੀਲਾ ਸਾਡਾ ਵੀਰ ਸ਼ਾਹਪੁਰੀਆਂ ਦਾ ਚਿਹਰਾ ਤੇ ਕੁਝ ਹੋਰ ਹੀ ਕਹਿ ਰਿਹਾ ਹੈ ਭਾਜੀ ਆ ਨੰਬਰ ਦੱਸਿਓ ਸ਼ਾਹਪੁਰੀਆਂ ਦਾ ਚਿਹਰਾ ਤੇ ਕੁਝ ਹੋਰ ਹੀ ਕਹਿ ਰਿਹਾ ਹੈ ਸਾਡੇ 14 ਪੁਆਇੰਟ ਨੇ ਸ਼ਾਹਪੁਰ ਦੀ ਸਾਰੀ ਟੀਮ ਨੂੰ 1100 ਜਿੰਦਰੀ ਮਨੀਲਾ ਫੜੋ ਇੱਕ ਮਿੰਟ ਜੀ ਫੜੋ ਜੀ ਮਾਇਆ ਦੇ ਗੱਫੇ ਸ਼ਾਹਪੁਰ ਦੇ ਸਾਡੇ 14 ਪੁਆਇੰਟ ਤੇ ਸ਼ਕਰਪੁਰ ਦੇ 11 ਸ਼ਾਹਪੁਰ ਜੇਤੂ ਹੈ ਹੋਲਡ ਵਾਲਾ ਦੇਖ ਕੇ ਵੀ ਸ਼ਾਹਪੁਰ ਜੇਤੂ ਹੈ ਅਮਰੀਕ ਹੁਣ ਕਰ ਲਾ ਤੂੰ ਗੱਲ ਮੈਂ ਤੇ ਪਹਿਲਾਂ ਹੀ ਕਹਿਤਾ ਕਿ ਸ਼ਾਹਪੁਰੀਆਂ ਦੇ ਚਿਹਰੇ ਕੁਝ ਹੋਰ ਕਹਿ ਰਹੇ ਹੈ ਹੈਲੋ ਦੋਸਤੋ ਮੈਚ ਤੁਸੀਂ ਦੇਖ ਲਿਆ ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਜ਼ਰੂਰ ਲਿਖਣਾ ਨਾਲ ਹੀ ਇਹ ਵੀ ਦੱਸੋ ਕਿ ਕਿਹੜਾ ਫੇਵਰਟ ਖਿਡਾਰੀ ਹੈ ਤੁਹਾਡਾ ਜਿਹੜਾ ਇਸ ਮੈਚ ਦੇ ਵਿੱਚ ਖੇਡਿਆ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਯੂਟਿਊਬ ਚੈਨਲ ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਔਰ ਸਾਡੀਆਂ ਨਾਲ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ